ਅਸੀਂ ਵਾਰ ਵਾਰ ਕਹਿ ਰਹੇ ਸੀ ਕਿ ਲੋਕ ਪਾਕਿਸਤਾਨ ਦੀਆਂ ਏਜੰਸੀਆਂ ਦੇ ਹੱਥਾਂ 'ਚ ਖੇਡਦੇ ਨੇ, ਉਹਨਾਂ ਦਾ ਇੱਕੋ ਮਕਸਦ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫਤ ਕਰਨਾ ਹੀ ਅਤੇ ਨੁਕਸਾਨ ਕਰਨਾ ਅਤੇ ਨੁਕਸਾਨ ਕਰਨਾ ਇੱਕ ਸਿੱਖ ਜਿਹੜਾ ਹੈ ਉਹ ਕਿਸ ਤਰ੍ਹਾਂ ਸਿੱਖ ਸਿਧਾਂਤਾਂ ਦੇ ਖਿਲਾਫ ਮਰਿਆਦਾ ਦੇ ਖਿਲਾਫ ਬੋਲਦਾ। ਇਹ ਗੋਪਾਲ ਸਿੰਘ ਚਾਵਲੇ ਦੀ ਇਹ ਸਟੇਟਮੈਂਟ ਜਿਹੜੀ ਆ ਇਹ ਉਸਦੀ ਸਟੇਟਮੈਂਟ ਨਹੀਂ ਬਲਕਿ ਇਹ ਪਾਕਿਸਤਾਨ 'ਚ ISI ਦੀ ਸਟੇਟਮੈਂਟ ਆ। ਅਸੀਂ ਵਾਰ ਵਾਰ ਕਹਿ ਰਹੇ ਸੀ ਕਿ ਲੋਕ ਪਾਕਿਸਤਾਨ ਦੀਆਂ ਏਜੰਸੀਆਂ ਦੇ ਹੱਥਾਂ 'ਚ ਖੇਡਦੇ ਨੇ, ਉਹਨਾਂ ਦਾ ਇੱਕੋ ਮਕਸਦ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫਤ ਕਰਨੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਬਣਾਏ ਹੋਏ ਸਿਧਾਂਤਾਂ ਦੇ ਉਲਟ ਚੜ੍ਹਨਾ, ਗੁਰੂ ਦੇ ਸਿਧਾਂਤਾਂ ਦੇ ਉਲਟ ਜਾ ਕੇ ਅਤੇ ਨੁਕਸਾਨ ਕਰਨਾ ਕੌਮ ਦਾ। ਅੱਜ ਗੋਪਾਲ ਸਿੰਘ ਚਾਵਲਾ ਇਹ ਕਵੇ ਕਿ ਆਨੰਦ ਕਾਰਜ ਜਿਹੜੇ ਆ ਉਹ ਜੋ ਸਾਡੀ ਰਹਿਤ ਮਰਿਆਦਾ ਹੈ, ਜੋ ਸਾਡਾ ਸਿਧਾਂਤ ਆ, ਉਹਦੇ ਤੋਂ ਬਾਹਰ ਜਾ ਕੇ ਖੜ੍ਹੇ ਹੋ ਕੇ ਆਉਣੇ ਆ। ਮੈਂ ਬੜਾ ਹੈਰਾਨ ਔਰ ਬੜਾ ਚੱਕਿਤ ਹੈ ਇਸ ਗੱਲ ਨੂੰ ਦੇਖ ਕਰ ਕਿ ਇੱਕ ਸਿੱਖ ਜਿਹੜਾ ਹੈ ਉਹ ਕਿਸ ਤਰ੍ਹਾਂ ਸਿੱਖ ਸਿਧਾਂਤਾਂ ਦੇ ਖਿਲਾਫ਼, ਮਰਿਆਦਾ ਦੇ ਖਿਲਾਫ਼ ਬੋਲਦਾ ਪਿਆ। ਇਹ ਲੋਕ ਇੱਕੋ ਮਕਸਦ ਨਾਲ ਆ, ਪੈਸਾ ਔਰ ISI, ਇਸ ਤੋਂ ਜ਼ਿਆਦਾ ਇਹਨਾਂ ਦਾ ਕਦੀ ਕੋਈ ਮਕਸਦ ਨਹੀਂ ਸੀ। ਨਾ ਇਹ ਸਿੱਖੀ ਦੀ ਪਰਪੱਖ ਸੀਗੇ, ਨਾ ਸਿੱਖੀ ਦੇ ਨਾਲ ਕਦੇ ਚਿੰਤਾ ਸੀ, ਨਾ ਗਰੀਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਸੀਗੇ। ਜਿਹੜੇ ਲੋਕ ਐਸੀਆਂ ਨਵੀਆਂ ਨਵੀਆਂ ਕੰਟਰੋਵਰਸੀ ਕਰਦੇ ਪਏ ਨੇ, ਇਹਨਾਂ ਦਾ ਮਕਸਦ ਇਹ ਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਇਹਨਾਂ ਸ਼ਤਾਬਦੀਆਂ ਦੇ ਦੌਰਾਨ ਨਵੀਆਂ ਨਵੇਂ ਵਿਵਾਦ ਖੜ੍ਹੇ ਕਰਕੇ ਕੌਮ ਨੂੰ ਹੋਰ ਦੋ ਫਾੜ ਕੀਤਾ ਜਾਵੇ, ਕੌਮ ਅੰਦਰ ਹੋਰ ਦੁਵਿਧਾ ਖੜ੍ਹੀ ਕੀਤੀ ਜਾਵੇ, ਔਰ ਖਾਸ ਤੌਰ 'ਤੇ ਬਾਹਰ ਦੇ ਜਿਹੜੇ ਦੂਜੇ ਧਰਮ ਨੇ ਉਹਨਾਂ 'ਚ ਅਸੀਂ ਮਜ਼ਾਕ ਦੇ ਪਾਤਰ ਬਣੀਏ ਕਿ ਦੇਖੋ ਜੀ ਇਹਨਾਂ ਨੂੰ ਆਪਣੇ ਧਰਮ ਦਾ ਹੀ ਨਹੀਂ ਪਤਾ, ਇਹਨਾਂ ਨੂੰ ਅਜੇ ਤਾਂ ਇਹ ਹੀ ਨਹੀਂ ਤੈਅ ਕਰ ਪਾ ਰਹੇ ਕਿ ਆਨੰਦ ਕਾਰਜ ਹੋਣੇ ਕਿਵੇਂ ਆ, ਲਾਵਾਂ ਫਿਰੇ ਹੋਣੇ ਕਿਵੇਂ ਆ। ਸੋ ਇਹ ਲੋਕ ਕੇਵਲ ਔਰ ਕੇਵਲ ISI ਦੇ ਇਸ਼ਾਰੇ ਉੱਤੇ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਨੇ।